ਧੁੱਪ ਨਿਕਲੀ ਮਿੱਤਰੋ, ਪਰ ਤੁਸੀਂ ਧਿਆਨ ਨਾਲ ਦੇਖਿਓ ਹਜੇ ਤੱਕ ਵੀ ਗੜੇ ਪਏ ਹੋਏ ਆ। ਪੂਰੀ ਧਰਤੀ ਚਿੱਟੀ ਕਰਦੀ, ਅੰਦਾਜ਼ਾ ਲਾ ਕੇ ਦੇਖਿਓ ਜਿਹੜੇ ਹਾਲੇ ਤੱਕ ਵੀ ਨਹੀਂ ਖੁਰੇ, ਗੜਿਆਂ ਦਾ ਸਾਈਜ਼ ਕਿੱਡਾ ਹੋਊਗਾ। ਐਡਾ ਤਾਂ ਹਾਲੇ ਤੱਕ ਵੀ ਆ, ਬਹੁਤ ਹੀ ਜ਼ਿਆਦਾ ਡਬਲ ਸੀ, ਬਹੁਤ ਹੀ ਜ਼ਿਆਦਾ ਵੱਡੇ ਵੱਡੇ ਗੜੇ ਪਏ ਆ ਇਸ ਵਾਰ। ਵੈਸੇ ਤਾਂ ਦੋਸਤੋ ਮੇਰੀ ਫਸਲ ਉੱਪਰ ਪਿਛਲੀ ਵਾਰ ਵੀ ਮਾਰ ਪਈ ਸੀ, ਪਿਛਲੀ ਵਾਰ ਵੀ ਗੜੇ ਵਾਹਵਾ ਪਏ ਸੀ, ਪਰ ਇਸ ਵਾਰ ਤਾਂ ਨਾ ਬਹੁਤ ਹੀ ਜ਼ਿਆਦਾ ਅਤੇ ਬਹੁਤ ਹੀ ਡਬਲ ਵੱਡੇ ਵੱਡੇ ਗੜੇ ਪਏ ਆ। ਹੁਣ ਇੱਥੇ ਆ ਕੇ ਜੱਟ ਆਪਣਾ ਹਾਰ ਜਾਂਦਾ, ਹੁਣ ਇੱਥੇ ਆ ਕੇ ਕੀ ਕਰੇ? ਫਿਰ ਆਪਣਾ ਕਿਸਾਨ ਚੁੱਕਦਾ ਉਹ ਕਦਮ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ, ਕਿਉਂਕਿ ਦੋਸਤੋ ਸਰਕਾਰਾਂ ਬਾਂਹ ਨਹੀਂ ਫੜਦੀਆਂ। ਪਿਛਲੀ ਵਾਰ ਵੀ ਭੰਡ ਨੇ ਵਾਅਦਾ ਕੀਤਾ ਸੀਗਾ ਮੈਂ ਕਰਤੌਰੀ ਕਰੂੰਗਾ, ਕੁਛ ਨਹੀਂ ਦਿੱਤਾ ਬਈ, ਅਤੇ ਇਸ ਵਾਰ ਵੀ ਕੁਛ ਨਹੀਂ ਦੇਣਾ, ਬਸ ਗੱਲਾਂ ਵਾਲੀ ਆ। ਇਸ ਕਰਕੇ ਸਰਕਾਰਾਂ ਕੋਲੋਂ ਤਾਂ ਆਸ ਕਰਨੀ ਛੱਡੋ, ਪਰੰਤੂ ਜੋ ਕੁਦਰਤ ਨੇ ਕੀਤਾ ਬਹੁਤ ਮਾੜਾ ਕੀਤਾ। ਇਸੇ ਕਰਕੇ ਮੈਂ ਤੁਹਾਨੂੰ ਵਾਰ ਵਾਰ ਸਮਝਾਉਂਦਾ ਹੁੰਦਾ ਕਿ ਆਪਾਂ ਗਲਤ ਫੈਸਲਾ ਨਾ ਲੱਗੇ। ਉਦੋਂ ਤਾਂ ਆਪਾਂ ਅੱਡੀਆਂ ਚੁੱਕ ਚੁੱਕ ਕੇ ਮੂਹਰੇ ਹੋ ਹੋ ਕੇ ਠੇਕੇ ਵਾਲੀਆਂ ਜ਼ਮੀਨਾਂ ਦਾ ਰੇਟ ਵਧਾਉਂਦੇ ਹਾਂ। ਹਾਂ ਦੋਸਤੋ, ਮੇਰੇ ਆਪਦੇ ਪਿੰਡ ਦੇ ਵਿੱਚ ਇਸ ਵਾਰ 80,000 ਦੇ ਆਸ ਪਾਸ ਜ਼ਮੀਨ ਦਾ ਠੇਕਾ ਹੋ ਗਿਆ। ਹੁਣ ਉੱਪਰੋਂ ਪੈ ਗਈ ਆਹ ਮਾਰ, ਹੁਣ ਜਦੋਂ ਇੰਨੀ ਵੱਡੀ ਮਾਰ ਪੈ ਜੇ ਨਾ, ਉਹ ਵੀ ਲਗਾਤਾਰ ਦੂਜੀ ਵਾਰ, ਤਾਂ ਆਪਣੀ ਆਪਦੀ ਜ਼ਮੀਨ ਦੇ ਵਿੱਚੋਂ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ, ਠੇਕੇ ਵਾਲਿਆਂ ਦਾ ਕੀ ਬਣੂ। ਮੈਂ ਤਾਂ ਸੋਚ ਕੇ ਹੈਰਾਨ ਹਾਂ, ਬਾਕੀ ਹਾਲੇ ਤਾਂ ਸ਼ੁਰੂਆਤ ਆ, ਕਣਕ ਦੇ ਪੱਕਣ ਦੇ ਵਿੱਚ ਬਹੁਤ ਟਾਈਮ ਪਿਆ। ਮੈਂ ਪਿਛਲੀ ਵਾਰ ਵੀ ਤੁਹਾਨੂੰ ਇਹੀ ਕਿਹਾ ਸੀਗਾ ਕਿ ਅੱਗੇ ਆਉਣ ਵਾਲਾ ਮੌਸਮ ਬਹੁਤ ਜ਼ਿਆਦਾ ਖਰਾਬ ਆ, ਸੰਭਲੋ, ਪਰ ਆਪਣੇ ਜੱਟ ਕਿੱਥੇ ਮੰਨਦੇ ਆ। ਹੂੰ, ਆਪੇ ਦੇਖੀ ਜਾਊਗੀ, ਜਿਹੜਾ ਕਰਮਾਂ 'ਚ ਹੋਇਆ ਮਿਲ ਜੂਗਾ। ਅਤੇ ਬਾਅਦ ਦੇ ਵਿੱਚ ਜਦੋਂ ਮਾਰ ਪੈਂਦੀ ਹੈ ਨਾ, ਫਿਰ ਉਦੋਂ ਆਪਾਂ ਰੋਂਦੇ ਹਾਂ, ਸਾਡਾ ਕਰਜ਼ਾ ਮਾਫ਼ ਕਰ ਦੇ, ਅਸੀਂ ਠੇਕੇ 'ਤੇ ਜ਼ਮੀਨ ਲੱਗੀ ਤਾਂ ਕੀ ਕਰੀਏ, ਸਾਡਾ ਗੁਜ਼ਾਰਾ ਨਹੀਂ ਹੁੰਦਾ। ਠੇਕੇ ਉੱਚੇ ਕੌਣ ਚੱਕਦਾ ਗਾ, ਆਪਾਂ ਹੀ ਚੱਕਦੇ ਹਾਂ। ਤਾਂ ਦੋਸਤੋ ਮੇਰੇ ਕਹਿਣ ਦਾ ਮਤਲਬ ਆ, ਸੰਭਲੋ, ਹਜੇ ਵੀ ਸਮਾਂ ਹੈਗਾ, ਸੰਭਲ ਜਾਓ, ਨਹੀਂ ਤਾਂ ਸਮੇਂ ਦੀ ਮਾਰ, ਕੁਦਰਤ ਦੀ ਮਾਰ ਇੰਨੀ ਕੁ ਜ਼ਿਆਦਾ ਭੈੜੀ ਪੈਣ ਵਾਲੀ ਨਾ ਆਪਣੇ 'ਤੇ ਆਉਣ ਵਾਲੇ ਸਮੇਂ ਦੇ ਵਿੱਚ, ਆਪਣੇ ਤੋਂ ਸੰਭਲਿਆ ਨਹੀਂ ਜਾਣਾ। ਚਲੋ ਦੋਸਤੋ, ਜਿਹੜਾ ਕੁਛ ਹੋਣਾ ਸੀ ਹੁਣ ਹੋ ਗਿਆ। ਹੁਣ ਆ ਦੇਖਿਓ, ਗੜੇ ਪੈਣ ਦੀ ਸ਼ੁਰੂਆਤ ਹੋਈ ਆ। ਪਹਿਲਾਂ ਗੜੇ ਛੋਟੇ ਆਉਣਗੇ, ਬਾਅਦ ਦੇ ਵਿੱਚ ਹੌਲੀ ਹੌਲੀ ਇਹਨਾਂ ਗੜਿਆਂ ਦਾ ਸਾਈਜ਼ ਵੱਡਾ ਹੁੰਦਾ ਜਾਊਗਾ, ਅਤੇ ਬਸ ਫਿਰ ਪੜਾਕ ਪੜਾਕ ਖੜਕੀ ਸੁਣਦੀ ਸੀਗੀ, ਐਂ ਲੱਗਦਾ ਸੀ ਪਤਾ ਹੀ ਨਹੀਂ ਕੀ ਹੋ ਗਿਆ। ਤਾਂ ਹੁਣ ਦੋਸਤੋ ਇੱਥੇ ਆ ਕੇ ਆਪਣਾ ਜੱਟ ਹਾਰ ਜਾਂਦਾ। ਆਪਾਂ ਮਿਹਨਤ ਬਹੁਤ ਕਰਦੇ ਹਾਂ, ਮਿਹਨਤ ਕਰਨੀ ਵੀ ਚਾਹੀਦੀ ਆ, ਪਰੰਤੂ ਜਦੋਂ ਆਹ ਕੁਝ ਦੇਖਦੇ ਨਾ, ਆਪਣੀਆਂ ਅੱਖਾਂ ਦੇ ਮੂਹਰੇ ਆਪਣੀ ਫਸਲ ਬਰਬਾਦ ਹੁੰਦਾ ਦੇਖਣਾ, ਦੇਖਣ ਲਈ ਬਹੁਤ ਜ਼ਿਆਦਾ ਵੱਡਾ ਜਿਗਰਾ ਚਾਹੀਦਾ, ਜਿਹੜਾ ਕਿ ਸਿਰਫ ਕਿਸਾਨ ਕੋਲ ਆ, ਉਦੋਂ ਆਪਾਂ ਹਾਰ ਜਾਂਦੇ ਹਾਂ। ਚਲੋ ਛੱਡੋ ਪਰੇ ਦੋਸਤੋ, ਜਿਹੜਾ ਕੁਝ ਹੋਣਾ ਸੀ ਹੋ ਗਿਆ, ਹੁਣ ਆਪਾਂ ਬਦਲ ਤਾਂ ਨਹੀਂ ਸਕਦੇ, ਪਰ ਇੱਕ ਚੀਜ਼ ਆਪਣੇ ਹੱਥਾਂ ਦੇ ਵਿੱਚ ਆ ਕਿ ਠੇਕਾ, ਜ਼ਮੀਨ ਦਾ ਠੇਕਾ ਹੁਣ ਆਪਾਂ ਹਵਾ ਚਾ ਕੇ ਨਹੀਂ ਵਧਾਉਣਾ। ਆਪਾਂ ਹੁਣ ਧਿਆਨ 'ਚ ਰੱਖਣਾ ਕੁਦਰਤੀ ਮਾਰ, ਵੀ ਕੁਦਰਤੀ ਮਾਰ ਵੀ ਆਪਣੀ ਫਸਲ 'ਤੇ ਪੈ ਸਕਦੀ ਆ, ਅਤੇ ਬਹੁਤ ਜ਼ਿਆਦਾ ਭੈੜੀ ਹੁੰਦੀ ਹੈ ਜਦੋਂ ਪੈਂਦੀ ਆ। ਦਿਨੋਂ ਦਿਨ ਮੌਸਮ ਬਦਲਦਾ ਰਹਿੰਦਾ, ਅਤੇ ਇਸ ਵਾਰ ਤਾਂ ਲਗਾਤਾਰ ਆਹ ਦੂਜੀ ਵਾਰ ਆ ਜਿਹੜੀ ਕਿ ਫਸਲਾਂ ਉੱਪਰ ਬਹੁਤ ਹੀ ਜ਼ਿਆਦਾ ਤਕੜੀ ਕੁਦਰਤੀ ਮਾਰ ਪਈ ਆ। ਤਾਂ ਦੋਸਤੋ ਜ਼ਮੀਨ ਦਾ ਠੇਕਾ ਆਪਾਂ ਉਨਾ ਕੁ ਵਧਾਉਣਾ ਕਿ ਆਪਾਂ ਨੂੰ 50% ਠੇਕੇ ਵਾਲੀ ਜ਼ਮੀਨ ਤੋਂ ਬਚ ਜੇ। ਮੇਰੇ ਕਹਿਣ ਦਾ ਮਤਲਬ ਕਿ ਜੇਕਰ ਕੁਦਰਤੀ ਮਾਰ ਪੈਂਦੀ ਵੀ ਆ, ਤਾਂ ਆਪਾਂ ਉਸਨੂੰ ਝੱਲ ਸਕੀਏ,
ਫਾਹਾ ਲੈਣ ਦੀ ਆਪਾਂ ਨੂੰ ਲੋੜ ਹੀ ਨਹੀਂ ਪਊਗੀ ਜੇਕਰ ਆਪਾਂ ਠੇਕੇ ਵਾਲੀਆਂ ਜ਼ਮੀਨਾਂ ਰੇਟ ਕੰਟਰੋਲ 'ਚ ਰੱਖਾਂਗੇ। ਹੁਣ ਦਿਓ ਇਜਾਜ਼ਤ, ਧੰਨਵਾਦ ਦੋਸਤੋ।